ਸ਼ੰਭੂ ਬਾਰਡਰ ਤੋਂ ਕਿਸਾਨ ਦਿੱਲੀ ਕੁਚ ਕਰਨ ਨੂੰ ਤਿਆਰ ਨੇ। ਅਸੀਂ ਇਸ ਵਕਤ 11 ਵਜੇ ਤੋਂ ਅੱਧੇ ਘੰਟੇ ਦਾ ਪਹਿਲਾਂ ਦਾ ਸਮਾਂ 10:30 ਵਜੇ, ਤੁਹਾਡੇ ਤੱਕ ਪਤਾ ਨਹੀਂ ਇਹ ਫੁਟੇਜ ਕਦੋਂ ਪਹੁੰਚਣੀ ਹੈ, ਪਰ ਇਹ ਕੈਦ ਕਰਨੀ ਬਹੁਤ ਜ਼ਰੂਰੀ ਹੈ। ਪਹਿਲਾਂ ਥੱਲੇ ਤੁਹਾਨੂੰ ਦਿਖਾਉਂਦੇ ਹਾਂ ਕਿ ਥੱਲੇ ਜਿਹੜਾ ਹੈਗਾ ਕਿਸਾਨਾਂ ਨੇ ਬੋਰੀਆਂ ਨੇ ਜਿਹੜੀਆਂ ਉਹ ਵਿਛਾਈਆਂ ਹੋਈਆਂ ਨੇ, ਬੋਰੀਆਂ ਨੂੰ ਗਿੱਲਾ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਪ੍ਰਬੰਧ ਹੈ, ਜੇ ਕਿਸਾਨ ਦਿੱਲੀ ਕੁਚ ਕਰਨਗੇ ਤਾਂ ਉਹਨਾਂ ਨੇ ਹਰਿਆਣਾ ਸਰਕਾਰ ਦੇ ਅਟੈਕ ਨੂੰ ਕਿਵੇਂ ਰੋਕਣਾ। ਇਹ ਬੋਰੀਆਂ ਹੈਗੀਆਂ ਨੇ ਜਿਹੜੀਆਂ ਗਿੱਲੀਆਂ ਕੀਤੀਆਂ ਨੇ, ਉੱਧਰ ਜਿਹੜੀਆਂ ਚਿੱਟੇ ਰੰਗ ਦੀਆਂ ਬੋਰੀਆਂ ਉਹ ਮਿੱਟੀ ਦੇ ਨਾਲ ਭਰੀਆਂ ਹੋਈਆਂ ਨੇ। ਇਹ ਸਾਰੇ ਵਲੰਟੀਅਰਸ ਦੀ ਡਿਊਟੀ ਲਾਈ ਗਈ ਹੈ। ਕਿਸਾਨਾਂ ਦੇ ਵੱਲੋਂ ਲਗਾਤਾਰ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਕਿਸੇ ਨੇ ਅੱਗੇ ਨਹੀਂ ਜਾਣਾ। ਜੇ ਕੋਈ ਤੁਹਾਨੂੰ ਸ਼ਰਾਰਤੀ ਦਿਖਦਾ ਹੈ ਤਾਂ ਜਿਹੜੀਆਂ ਕਮੇਟੀਆਂ ਬਣਾਈਆਂ ਹੋਈਆਂ ਨੇ, ਪੜਤਾਲ ਕਮੇਟੀਆਂ, ਉਹਨਾਂ ਕੋਲ ਤੁਸੀਂ ਜਿਹੜਾ ਹੈਗਾ ਉਹ ਦੱਸਣਾ ਹੈਗਾ। ਇੱਥੇ ਇੱਕ ਨੌਜਵਾਨ ਖੜੇ ਨੇ, ਉਹਨਾਂ ਨਾਲ ਮੈਂ ਗੱਲ ਕਰਦੀ ਹਾਂ। ਭਾਜੀ ਕੀ ਨਾਮ ਹੈ? ਕੀ ਨਾਮ ਹੈ ਤੁਹਾਡਾ? ਬੱਬੂ ਆ ਭੈਣੇ। ਇਹ ਕੀ ਚੀਜ਼ ਹੈ? ਇਹ ਭੈਣੇ ਮਿਰਚਾਂ ਵਾਲੀ ਸਪਰੇਅ ਆ। ਹਾਂਜੀ, ਇਹ ਫਿਰ ਪਾਣੀ ਮਾਰਦੇ ਆ ਇਹਨਾਂ ਨੇ ਸਾਨੂੰ, 13 ਤਰੀਕ ਨੂੰ ਬਹੁਤ ਤੰਗ ਕਰਿਆ ਪਾਣੀ ਮਾਰ ਮਾਰ। ਇਹਦੀ ਕਿੰਨੀ ਕੁ ਰੇਂਜ ਦੇ ਵਿੱਚ ਜਾਊਗੀ ਇਹ? ਬਣੇ ਖਾਸਾ ਪ੍ਰੈਸ਼ਰ ਇਹਦਾ। ਹਾਂ, ਕੋਈ ਹੈ ਕਿ ਹੋਰ ਨੇ? ਕਿਵੇਂ ਬਣੇ? ਇੱਕ ਹੈ, ਇੱਕ ਹੈ ਕਿ ਜ਼ਿਆਦਾ ਨਹੀਂ? ਨਾ, ਜ਼ਿਆਦਾ ਨਹੀਂ, ਕਈ ਨੇ ਬਣੇ। ਹਾਂ, ਠੀਕ ਹੈ। ਹੋਰ ਬਚਾਅ ਦੇ ਲਈ ਕੀ ਕੁਛ ਰੱਖਿਆ? ਇੱਕਾ ਬੋਰੀਆਂ ਨੇ ਸੇਫਟੀ ਆ ਬਣੇ ਪੂਰੀਆਂ ਟੋਟਲੀ, 13 ਤਰੀਕ ਤੋਂ ਬਾਅਦ ਅਸੀਂ ਪੂਰੀਆਂ ਇਹੀ ਸੇਫਟੀ ਹੋ ਕਰੀ ਆ, ਕਿੰਨੀ ਹੋ ਸਕਦੀ ਆ। ਠੀਕ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਪਹਿਲਾਂ ਅਸੀਂ ਜਾਵਾਂਗੇ, ਤੁਸੀਂ ਬਾਕੀਆਂ ਨੂੰ ਰੋਕ ਕੇ ਰਿਪੇਅਰ ਕਰਦੇ ਆ ਜੀ, ਉਹ ਆ ਜਾਣ ਮੂਹਰੇ, ਬਸ ਉਹਨਾਂ ਨੇ ਸਾਨੂੰ ਮੇਨ ਕਹਿਣ ਦੀ ਦੇਰ ਆ, ਪੂਰੇ ਹੋ ਗਏ, ਅਸੀਂ ਆਪੇ ਲੜਾਂਗੇ। ਤੇ ਉਧਰਲੇ ਪਾਸੇ ਦੇਖਿਆ ਤੁਸੀਂ ਕੀ ਤਿਆਰੀਆਂ? ਉਹਨਾਂ ਨੇ ਕਸਰ ਹੀ ਨਹੀਂ ਕੋਈ ਛੱਡੀ, ਉਹ ਤਾਂ ਸੁੱਤੇ ਪਿਆ ਨੇ, ਗੋਲੇ ਮਾਰੀ ਕੇ 17 ਤਰੀਕ ਨੂੰ 3 ਵਜੇ ਗੋਲੇ ਸਿੱਟਦੇ ਉਹਨਾਂ ਨੇ। ਸੋ ਇਹ ਲੂਣ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਸਾਰਿਆਂ ਨੂੰ, ਇਹ ਭਾਈ ਸਾਹਿਬ ਦੇ ਵੱਲੋਂ ਲੂਣ ਵੰਡਿਆ ਜਾ ਰਿਹਾ, ਕਿਉਂਕਿ ਜਦੋਂ ਅਥਰੂ ਗੈਸ ਦਾ ਗੋਲਾ ਤੁਹਾਡੇ ਉੱਤੇ ਅਟੈਕ ਕਰਦਾ ਤਾਂ ਉਹਦਾ ਧੂੰਆਂ ਅਸਰ ਨਾ ਕਰੇ, ਉਹਦੇ ਲਈ ਇਹ ਲੂਣ ਖਾਧਾ ਜਾਂਦਾ। ਇੱਧਰ ਪੂਰਾ ਜੋਸ਼ ਹੈ ਹੁਣ, ਉੱਧਰ ਇਹ ਕਹਿੰਦੇ ਸੀ ਢਿੰਕ ਸਿੰਘ ਪੌੜਾ ਜਗਾਰ ਲਈ ਫਿਰਦਿਆ, ਵੇਖ ਲਓ ਖਾਲੀ ਹੱਥ, ਕੁਛ ਨਹੀਂ ਹੈਗੀ, ਉੱਦਾਂ ਹੀ ਜਾਵਾਂਗੇ ਤੇ ਪਹਿਲਾਂ ਹੀ ਕੱਢਾਂਗੇ ਜਾਣ ਕੇ। ਨਿਹੱਥੇ ਕਿਸਾਨ ਲੀਡਰਾਂ ਨੇ ਵੀ ਕਿਹਾ ਕਿ ਅਸੀਂ ਨਿਹੱਥੇ ਜਾਵਾਂਗੇ, ਸਾਡੇ ਕੋਲ ਕੁਛ ਨਹੀਂ ਹੈ। ਸੋ ਬਿਲਕੁਲ ਆਪਦੇ ਬਚਾਅ ਦੇ ਲਈ ਤਾਂ ਜ਼ਰੂਰ ਬਚਾਅ ਕੀਤਾ, ਪਰ ਅਟੈਕ ਕਰਨ ਦੇ ਲਈ ਕੁਛ ਨਹੀਂ ਹੈਗਾ। ਉੱਧਰ ਮੈਂ ਥੋੜ੍ਹਾ ਜਿਹਾ ਕਹਾਂਗੀ ਕਿ ਜੋ ਹਰਿਆਣਾ ਪੁਲਿਸ ਨੇ ਤਿਆਰੀਆਂ ਕੀਤੀਆਂ ਨੇ, ਅਸੀਂ ਥੋੜ੍ਹਾ ਜਿਹਾ ਨੇੜਿਓਂ ਕਰਕੇ ਤਸਵੀਰਾਂ ਜਦੋਂ ਵੇਖੀਆਂ ਨੇ ਤਾਂ ਸਾਨੂੰ ਪਤਾ ਲੱਗਿਆ ਕਿ ਪੂਰਾ ਉਹਨਾਂ ਦੇ ਵੱਲੋਂ ਵੀ ਪੂਰੀਆਂ ਤਿਆਰੀਆਂ ਨੇ, ਕਰੇਨਾਂ ਖੜੀਆਂ ਕੀਤੀਆਂ ਹੋਈਆਂ ਨੇ, ਵਾਟਰ ਕੈਨਨ ਦਾ ਪੂਰਾ ਪ੍ਰਬੰਧ ਹੈ, ਹੰਝੂ ਗੈਸ ਦੇ ਗੋਲੇ ਛੱਡੇ ਜਾਣਗੇ ਜਾਂ ਨਹੀਂ ਛੱਡੇ ਜਾਣਗੇ ਉਹ ਕੁਛ ਨਹੀਂ ਪਤਾ। ਇੱਧਰਲੇ ਪਾਸੇ ਜਿਹੜੇ ਕਿਸਾਨ ਨੇ ਇੱਥੇ ਪੂਰੀ ਜਿਹੜੀ ਬੈਰੀਕੇਡਿੰਗ ਕੀਤੀ ਹੈ ਕਿਸਾਨਾਂ ਨੇ, ਸਭ ਤੋਂ ਪਹਿਲਾਂ ਕਿਸਾਨ ਲੀਡਰ ਆਉਣਗੇ, ਚੌਪੀ ਸਾਹਿਬ ਦਾ ਪਾਠ ਹੋਏਗਾ, ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਜਾਂ ਹੋਰ ਕਿਸਾਨ ਲੀਡਰ। ਉਹਨਾਂ ਨੇ ਕਿਹਾ ਕਿ ਅਸੀਂ ਆਪਦੇ ਨੌਜਵਾਨ ਨਹੀਂ ਪਹਿਲਾਂ ਭੇਜਣੇ, ਅਸੀਂ ਖੁਦ ਜਾਵਾਂਗੇ, ਜੇ ਸਰਕਾਰ ਸਾਨੂੰ ਮਾਰਨਾ ਚਾਹੁੰਦੀ ਹੈ ਤਾਂ ਅਸੀਂ ਪਹਿਲਾਂ ਮਰਾਂਗੇ। ਸੋ ਇਹ ਜਿਹੜਾ ਇੱਥੋਂ ਤੱਕ ਕਿਸਾਨਾਂ ਨੂੰ ਰੋਕਿਆ ਹੋਇਆ, ਨੌਜਵਾਨ ਸਾਰੇ ਕਿਸਾਨਾਂ ਦੀ ਅਗਵਾਈ ਦੇ ਵਿੱਚ ਚੱਲ ਰਹੇ ਨੇ। ਨੌਜਵਾਨਾਂ ਨੇ ਬਿਲਕੁਲ ਕਿਹਾ ਕਿ ਜਿਵੇਂ ਹੀ ਸਾਨੂੰ ਕਿਸਾਨ ਲੀਡਰ ਲੀਡ ਦੇਣਗੇ, ਹਰੀ ਝੰਡੀ ਦੇਣਗੇ, ਫਿਰ ਹੀ ਅਸੀਂ ਜਾਵਾਂਗੇ। ਸੋ ਕਿਸਾਨ ਬਿਲਕੁਲ ਨਿਹੱਥੇ ਜਾ ਰਹੇ ਨੇ, ਪਰ ਆਪਣੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਹਰ ਕੋਈ ਉਪਰਾਲਾ ਕਰਦਾ, ਆਪਣੇ ਡਿਫੈਂਸ ਦੇ ਲਈ ਉਹ ਸਾਰਾ ਇਹ ਬਚਾਅ ਕਰ ਰਹੇ ਨੇ, ਪਰ ਅਟੈਕ ਕਰਨ ਦੇ ਲਈ ਕਿਸਾਨਾਂ ਕੋਲ ਕੁਛ ਵੀ ਨਹੀਂ ਹੈ। ਸਰਕਾਰ ਨੂੰ ਹਾਲੇ ਵੀ ਸਮਾਂ ਦਿੱਤਾ ਹੋਇਆ, ਉਡੀਕ ਰਹੇ ਨੇ ਕਿ ਸਰਕਾਰ ਸ਼ਾਇਦ ਸਮਾਂ ਦੇ ਦੇਵੇ, ਜਿਹੜਾ ਸਮਾਂ ਦਿੱਤਾ ਉਹਦੇ ਵਿੱਚ ਸਾਡੀ ਮੰਗ ਮੰਨ ਲਈ। ਵੀਡੀਓ ਜਰਨਲਿਸਟ ਸਿਮਰਨਪ੍ਰੀਤ ਸਿੰਘ ਦੇ ਨਾਲ ਹਰਸ਼ਰਨ ਕੌਰ, ਖਾਲਸ ਟੀਵੀ 'ਤੇ ਸ਼ੰਭੂ ਬਾਰਡਰ ਤੋਂ ਖਾਸ ਰਿਪੋਰਟ।